ਜੋ ਸਮਾਨ ਉੱਥੇ ਵਰਤਿਆ ਗਿਆ 105 ਮਿਲੀਮੀਟਰ ਦੀਆਂ ਭਾਰੀਆਂ ਤੋਪਾਂ, 38 ਟਨ ਭਾਰੇ ਵਜੈਤਾ ਜੰਗ ਟੈਂਕ, ਪੋਲੈਂਡ ਦੀਆਂ ਬਣੀਆਂ ਹੋਈਆਂ 8 ਪਹੀਆਂ ਵਾਲੀਆਂ OT-64 ਬਖਤਰਬਦ ਗੱਡੀਆਂ, ਫਿਰ ਇੱਥੋਂ ਤੱਕ ਰਸਾਇਣਕ ਹਥਿਆਰ ਬੇਹੋਸ਼ ਕਰਨ ਵਾਲੇ ਜਿਹੜੇ ਗੋਲੇ ਨੇ। ਪੰਜਵੇਂ ਪਾਤਸ਼ਾਹ ਜੀ, ਤੇਰੇ ਪੁਰਬ ਉੱਤੇ ਤੇਰੇ ਪੁੱਤਰਾਂ ਤੇ ਕਿੰਨਾ ਕਹਿਰ ਹੋਇਆ, ਮੈਂ ਕੀ ਦੱਸਾਂ, ਜ਼ਮਾਨੇ ਤੋਂ ਪੁੱਛ ਤੇ ਸਹੀ, ਤੇਰੇ ਘਰ ਹੋਇਆ, ਤੇਰੇ ਸ਼ਹਿਰ ਹੋਇਆ। ਜੂਨ ਮਹੀਨਾ ਜਦੋਂ ਵੀ ਆਉਂਦਾ, 1984 ਦੀ ਯਾਦ ਆ ਕੇ ਹਰ ਸਿੱਖ ਹਿਰਦਾ ਵਲੂੰਦਰਿਆ ਜਾਂਦਾ, ਜਿਹਨੂੰ ਕੋਈ ਫਰਕ ਨਹੀਂ ਪੈਂਦਾ ਜੂਨ 1984 ਦੀ ਗਾਥਾ ਨਾਲ। ਮੈਂ ਖਿਮਾ ਮੰਗ ਕੇ ਗੱਲ ਆਖਾਂ, ਉਹ ਕੁਛ ਹੋਰ ਤਾਂ ਹੋ ਸਕਦਾ ਪਰ ਉਹ ਸਿੱਖ ਨਹੀਂ। ਕਿਸੇ ਸਿਆਣੇ ਨੇ ਚੰਦ ਲਾਈਨਾਂ ਲਿਖੀਆਂ ਸਨ, ਉਹ ਆਉਂਦਾ, ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਥੇ ਹੱਠ ਹੰਕਾਰ ਵਿੱਚ ਕੀ ਹੋਇਆ, ਗੱਲ ਦੂਰ ਦੀ ਹੋਵੇ ਤਾਂ ਮੈਂ ਆਖਾਂ, ਤੇਰੇ ਭਰੇ ਦਰਬਾਰ ਵਿੱਚ ਕੀ ਹੋਇਆ। ਪੰਜਵੇਂ ਪਾਤਸ਼ਾਹ ਜੀ, ਤੇਰੇ ਪੁਰਬ ਉੱਤੇ ਤੇਰੇ ਪੁੱਤਰਾਂ ਤੇ ਕਿੰਨਾ ਕਹਿਰ ਹੋਇਆ, ਮੈਂ ਕੀ ਦੱਸਾਂ, ਜ਼ਮਾਨੇ ਤੋਂ ਪੁੱਛ ਤੇ ਸਹੀ, ਤੇਰੇ ਘਰ ਹੋਇਆ, ਤੇਰੇ ਸ਼ਹਿਰ ਹੋਇਆ। ਜਿਹਨੇ ਤਖ਼ਤ ਦਿੱਤਾ ਉਹਦਾ ਹੀ ਤਖ਼ਤ ਢਾਇਆ, ਵੈਸ਼ੀ ਬਣੇ ਨਾ ਜ਼ਰਾ ਵਿਚਾਰ ਆਈ, ਜਿੱਥੇ ਫੁੱਲ ਲੈ ਕੇ ਜਾਂਦੀ ਕੁੱਲ ਦੁਨੀਆ, ਟੈਂਕਾਂ ਗੋਲੀਆਂ ਨਾਲ ਸਰਕਾਰ ਆਈ, ਜਿਸ ਪਰਕਰਮਾ ਨੂੰ ਦੁੱਧ ਨਾ ਰਹੇ ਧੋਂਦੇ, ਰੱਤਾਂ ਡੁੱਲੀਆਂ ਉਸ ਨੂੰ ਧੋ ਗਈਆਂ, ਲੁੱਟੇ ਗਏ ਸੁਹਾਗ ਸੁਹਾਗਣਾਂ ਦੇ ਅਤੇ ਮਾਵਾਂ ਬਹੁਤ ਨਿਪੁੱਤੀਆਂ ਹੋ ਗਈਆਂ। ਦਸਵੇਂ ਪਾਤਸ਼ਾਹ ਜੀ, ਤੇਰੇ ਦੂਲਿਆਂ 'ਤੇ ਦੁਸ਼ਟਾਂ ਜ਼ਾਲਮਾਂ ਕਹਿਰ ਗੁਜ਼ਾਰਿਆ ਏ, ਜਿਨ੍ਹਾਂ ਲਈ ਤੂੰ ਪਿਤਾ ਦਾ ਸੀਸ ਦਿੱਤਾ, ਤੇਰੇ ਪੁੱਤਰਾਂ ਨੂੰ ਉਹਨਾਂ ਹੀ ਮਾਰਿਆ। ਬੇਅਦ ਵੀ ਇਹ ਹਰਿਮੰਦਰ ਦੀ ਨਹੀਂ ਹੋਈ, ਸਾਡੇ ਸੀਨਿਆਂ 'ਤੇ ਚੱਲੀਆਂ ਆ ਰਹੀਆਂ ਨੇ, ਵੱਜੀਆਂ ਨਹੀਂ ਸ਼ਹੀਦਾਂ ਦੇ ਸੀਨਿਆਂ 'ਤੇ, ਸਾਰੀ ਕੌਮ ਨੂੰ ਗੋਲੀਆਂ ਮਾਰੀਆਂ ਨੇ। ਨੌਜਵਾਨਾਂ ਨੂੰ ਤਸੀਹੇ ਦੇ ਦੇ ਕੇ ਘਰਦਿਆਂ ਦੀ ਫੜੋ ਫੜੀ, ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸਾਂ, ਪੁਲਿਸ ਨੇ, ਫੌਜ ਦੇ ਜਵਾਨਾਂ ਨੇ ਤਿੰਨ ਤਿੰਨ ਘੇਰੇ ਪਾ ਕੇ ਪਿੰਡਾਂ ਵਿੱਚੋਂ ਸਾਰਿਆਂ ਨੂੰ ਕੱਢ ਕੇ, ਨੌਜਵਾਨਾਂ ਨੂੰ ਸ਼ਰੇਆਮ ਚੁੱਕ ਕੇ, ਜੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਮਾਂ ਪਿਓ ਨੂੰ ਉਹਨਾਂ ਦੇ ਬਾਪ ਦੀ ਦਾੜੀ ਤੱਕ ਪੁੱਟਣੀ, ਜੁੱਤੀਆਂ ਤੱਕ ਨਵੇ ਦੇ ਵਿੱਚ ਬਿਠਾਲ ਕੇ ਮਾਰਨੀਆਂ। ਇਹੋ ਜਿਹਾ ਵਰਤਾਰਾ ਇਹ ਕਿਸ ਚੀਜ਼ ਨੂੰ ਜਨਮ ਦੇਵੇਗਾ, ਇਹ ਕਿਸ ਗੱਲ 'ਤੇ ਕੀਤਾ ਗਿਆ। ਹਾਂ, ਧੀਆਂ ਭੈਣਾਂ ਮਾਵਾਂ ਦੀ ਬੇਇੱਜ਼ਤੀ ਸ਼ਰੇਆਮ ਕੀਤੀ ਗਈ। ਜਿਸ ਮਨੁੱਖ ਨੇ ਕਿਤੇ ਜਾਨ ਵਾਉਣ ਬਚਾਉਣ ਲਈ ਘਰੋਂ ਕੋਈ ਨੌਜਵਾਨ ਦੌੜ ਗਿਆ, ਹੁਣ ਕੀ ਕਰੇਗਾ ਰੋਜ਼ ਦੇ ਆਏ ਹੋਏ। ਇਸ ਇਹ ਅੱਤਵਾਦ ਹੈ ਵਸਤ ਵਿੱਚ ਸਰਕਾਰੀ, ਕਿਸੇ ਨੂੰ ਜਿਉਣ ਨਹੀਂ ਦੇਣਾ। ਪਰ ਲੇਕਿਨ ਉਹ ਜੇ ਮਨੁੱਖ ਆਪਣੇ ਘਰੋਂ ਭੱਜ ਜਾਂਦਾ ਵੀ ਚਲੋ ਆਪਣੀ ਜਾਨ ਬਚਾਓ, ਮੇਰਾ ਕਿਸੇ ਨਾਲ ਕੀ ਵਾਸਤਾ, ਫਿਰ ਜੋ ਉਹਨਾਂ ਦੇ ਉੱਤੇ ਪਹਿਲਾਂ ਘਰੋਂ ਭੱਜਣ ਲਈ ਮਜਬੂਰ ਕੀਤਾ ਗਿਆ, ਅਤੇ ਜਦੋਂ ਉਹ ਘਰੋਂ ਭੱਜ ਗਏ ਮਨੁੱਖ, ਅਤੇ ਉੱਥੋਂ ਜਾ ਕੇ ਫਿਰ ਉਹਨਾਂ ਦੇ ਮਗਰ ਟੈਰੋਰਿਸਟ ਦਾ ਖਿਤਾਬ ਜਿਹੜਾ ਉਹ ਟੰਗ ਦਿੱਤਾ ਗਿਆ। ਮੈਨੂੰ ਯਾਦ ਹੈ, ਮੈਂ ਨਾ ਜਾਣ ਬੁੱਝ ਕੇ ਨਹੀਂ ਲਵਾਂਗਾ, ਇੱਕ ਪੁਲਿਸ ਅਫਸਰ ਨਾਲ ਗੱਲ ਹੋਈ, ਉਹਨੂੰ ਮੈਂ ਗੱਲ ਆਖੀ ਵੀ ਅੱਜ ਜਿਸ ਢੰਗ ਨਾਲ ਸ਼ਰੇਆਮ ਬੇਇੱਜ਼ਤੀ ਕੀਤੀ ਜਾਂਦੀ ਹੈ, ਜਿਸ ਢੰਗ ਨਾਲ ਕਿਸੇ ਦੇ ਬਾਪ ਦੀ ਬੇਇੱਜ਼ਤੀ ਉਸ ਬੱਚੇ ਦੇ ਸਾਹਮਣੇ ਹੁੰਦੀ ਹੈ ਔਰ ਸ਼ਰੇਆਮ ਪਰੇ ਦੇ ਵਿੱਚ ਹੁੰਦੀ ਹੈ, ਉਹ ਕੱਲ੍ਹ ਨੂੰ ਉਹ ਮਨੁੱਖ ਹਥਿਆਰ ਨਾ ਚੁੱਕਣ ਜਾਂ ਬਦਲਾ ਨਾ ਲੈਣ, ਤਾਂ ਫਿਰ ਤੁਸੀਂ ਉਹਨਾਂ ਤੋਂ ਕੀ ਆਸ ਰੱਖੋਗੇ। ਅਤੇ ਉਹਦੇ ਵਡੇਲਾ ਵੀ ਸਨ, ਗੁਰਸਿੱਖ ਮਾਇੰਡਡ ਸਿੱਖ ਆਪਣੇ ਅਫਸਰ ਸੀ, ਉਹ ਆਉਂਦਾ ਵੀ ਭਾਈ ਸਾਹਿਬ ਤੁਸੀਂ ਕੀ ਸੋਚਦੇ ਹੋ ਵੀ ਇਹ ਨਹੀਂ ਚਾਹੁੰਦੇ ਦੌੜਨ, ਇੱਕ ਪਿੱਛੇ ਗਿਣੀ ਮਿੱਥੀ ਸਾਜਿਸ਼ ਹੈ, ਇਹ ਖੁਦ ਚਾਹੁੰਦੇ ਨੇ ਵੀ ਉਹ ਘਰੋਂ ਭੱਜਣ, ਘਰੋਂ ਭੱਜਣ ਅਤੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਉਗਰਾਹੀਆਂ ਹੁੰਦੀਆਂ ਨੇ ਹੋਰ ਹੁੰਦੀਆਂ ਨੇ, ਅੱਜ ਇੱਕ ਨੂੰ ਫੜ ਲਿਆ ਵੱਢੀ ਲਈ ਛੱਡ ਦਿੱਤਾ, ਅਗਲੇ ਦਿਨ ਫਿਰ ਛਾਪਾ ਮਾਰਿਆ ਫਿਰ ਪੈਸੇ ਲਈ ਛੱਡ ਦਿੱਤਾ, ਇਹ ਤਾਂ ਇਹਨਾਂ ਦੀ ਇਨਕਮ ਸੋਰਸ ਬਣ ਜਾਂਦਾ। ਜਿੱਥੇ ਪ੍ਰਸ਼ਾਸਨ ਦੀ ਜਿਹੜੀ ਆ ਰੁਚੀ ਇਹ ਬਣ ਜਾਏ ਔਰ ਸਰਕਾਰ ਇਹ ਗੱਲਾਂ ਕਰਵਾਉਂਦੀ ਹੋਵੇ, ਉੱਥੇ ਕੀ ਆਸ ਰੱਖੀ ਜਾ ਸਕਦੀ ਹੈ। ਸਾਡਾ ਹੀ ਕਤਲ ਕਰਨ ਲਈ ਫੌਜ ਨੂੰ, ਪੈਰਾਮਿਲਟਰੀ ਫੋਰਸਾਂ ਨੂੰ ਸਾਡੇ 'ਤੇ ਚੜ੍ਹਾ ਕੇ ਲਿਆਂਦਿਆ ਗਿਆ ਔਰ ਉਹਨਾਂ 'ਤੇ ਜਿੰਨਾ ਖਰਚਾ ਹੈ ਉਹ ਵੀ ਚੁੱਕ ਕੇ ਸਾਡੇ ਸਿਰ ਭਾਵ ਪੰਜਾਬ ਦੇ ਸਿਰ ਪਾ ਦਿੱਤਾ ਗਿਆ, ਜਿਹੜਾ ਹਜ਼ਾਰਾਂ ਕਰੋੜ ਦਾ ਖਰਚਾ ਉਹ ਵੀ ਸਾਡੇ ਸਿਰ ਪਾ ਕੇ ਅੱਜ ਤੱਕ ਸਾਡੇ ਤੋਂ ਉਹਦੇ 'ਤੇ ਜਿਹੜੀ ਟੈਕਸ ਵਸੂਲੀ ਹੈ, ਵਿਆਜ ਵਸੂਲੀ ਕੀਤੀ ਜਾ ਰਹੀ ਹੈ। 1 ਨਵੰਬਰ ਤੋਂ ਲੈ ਕੇ 5 ਨਵੰਬਰ 1984 ਤੱਕ ਦਿੱਲੀ ਜਾਂ ਹੋਰ ਥਾਈਂ ਜੋ ਕੁਝ ਵਾਪਰਿਆ ਇਹ ਆਪਾਂ ਜਾਣਦੇ। ਹੁਣ ਜੇ ਆਪਾਂ ਆਖੀਏ ਉਦੋਂ ਉੱਥੇ ਸੰਤਾਂ ਨੂੰ ਫੜਨ ਲਈ ਜਾਂ ਕੁਛ ਇੱਕ ਉੱਦਾਂ ਦੇ ਮਨੁੱਖ ਜਿਹਨਾਂ ਦੀ ਇਹਨਾਂ ਦੀ ਨਿਗਾਹ ਵਿੱਚ, ਜਿਹਨਾਂ ਨੂੰ ਇਹਨਾਂ ਨੇ ਟੈਰੋਰਿਸਟ ਗਰਦਾਨੇ ਆ,
ਉਹ ਬੈਠੇ ਸਨ ਤੇ ਫਿਰ ਦਿੱਲੀ ਦੇ ਬਾਜ਼ਾਰਾਂ ਵਿੱਚ ਕੌਣ ਸੀ ਜਿਨ੍ਹਾਂ ਦੇ ਗਲਾਂ ਦੇ ਬਾਜ਼ਾਰ ਗਲਾਂ ਵਿੱਚ ਟਾਇਰ ਪਾ ਪਾ ਕੇ ਫੂਕਿਆ ਗਿਆ, ਘਰਾਂ ਤੋਂ ਬਾਹਰ ਕੱਢ ਕੱਢ ਕੇ ਟੋਟੇ ਟੋਟੇ ਕਰਕੇ ਜਿਨ੍ਹਾਂ ਨੂੰ ਮਤਲਬ ਮਾਰਿਆ ਗਿਆ, ਜਿਉਂਦਿਆਂ ਨੂੰ ਦੋਂ ਦੋ ਥਾਈਂ ਕਰਕੇ ਪਾੜਿਆ ਗਿਆ, ਉਹ ਕੌਣ ਸਨ? ਦੇਖੋ ਗੱਲ ਇਹ ਆ, ਐਸੀ ਕੋਈ ਗੱਲ ਨਹੀਂ, ਜਿੰਨੀ ਕਾਰਵਾਈ ਸੀ ਇਨ ਐਕਚੁਅਲ ਫੈਕਟ ਉਹਨਾਂ ਮਨੁੱਖਾਂ ਨੂੰ ਇੱਕ ਸਬਕ ਸਿਖਾਉਣ ਦੀ ਸੀ। ਜੇ ਆਪਾਂ ਵੇਖੀਏ ਜਿਸ ਢੰਗ ਨਾਲ ਹੋਇਆ ਹਰਿਮੰਦਰ ਸਾਹਿਬ 'ਤੇ ਹਮਲਾ, ਸੀ ਜੀ ਨੇ ਬੜਾ ਸੋਹਣਾ ਲਿਖਿਆ ਸੀ, ਉਹ ਆਉਂਦਾ ਜਿੱਦਾਂ ਦਣ ਦਣਾਈਆਂ ਫੌਜਾਂ, ਜਿੱਦਾਂ ਪੈਰਾਮਿਲਟਰੀ ਫੋਰਸਾਂ ਪਿੰਡਾਂ ਵਿੱਚ ਫਿਰੀਆਂ, ਜਾਂ ਵਾਗਾਂ ਗੁੰਦੀਆਂ ਭੈਣਾਂ ਦੀਆਂ ਰਹਿ ਗਈਆਂ, ਵੀਰ ਘੋੜੀਆਂ ਤੋਂ ਲਏ ਨੇ ਉਤਾਰ, ਕਈ ਸੱਜ ਮੁਕਲਾਈਆਂ ਰੋਂਦੀਆਂ, ਸਿਰੋਂ ਸਗਨਾਂ ਦੇ ਸਾਲੂ ਉਤਾਰ, ਚੂੜੇ ਵਾਲੀਆਂ ਦੁਹੱਥੜੀ ਪਿੱਟਦੀਆਂ, ਉੱਜੜ ਜਿਨ੍ਹਾਂ ਦਾ ਗਿਆ ਸੰਸਾਰ, ਕਹਿਣਾ ਹੋਰ ਕੀ ਜ਼ੁਲਮ ਦਾ ਸੀਤਲਾ, ਬੇਨਿਆਈ ਜਦੋਂ ਹੋ ਜਾਏ ਸਰਕਾਰ। ਅੱਜ ਜੇ ਆਪਾਂ ਦੇਖੀਏ, ਜੇ ਗੱਲਾਂ ਕਰੀਏ ਉੱਥੇ ਅਟੈਕ ਦੀਆਂ, ਅਚਨਚੇਤੀ ਵਰਤੇ ਵਰਤਾਰੇ ਦੀਆਂ, ਅਤੇ ਜੋ ਸਮਾਨ ਉੱਥੇ ਵਰਤਿਆ ਗਿਆ ਇਹ ਅਚਨਚੇਤੀ ਵਰਤੇ ਵਰਤਾਰੇ ਲਈ ਨਹੀਂ ਵਰਤਿਆ ਜਾਂਦਾ। 105 ਮਿਲੀਮੀਟਰ ਦੀਆਂ ਭਾਰੀਆਂ ਤੋਪਾਂ, 38 ਟਨ ਭਾਰੇ ਵਜੈਤਾ ਜੰਗ ਟੈਂਕ, 25 ਪਾਊਂਡਰ ਤੋਪਾਂ, ਹੋਵਿਸਟਰ ਗੰਨਾ, ਮੋਟਰ ਗੰਨਾ, 3.7 ਇੰਚਸ ਦੀਆਂ ਹਾਵਲ ਗੰਨਾ, ਬਖਤਰਬੰਦ ਗੱਡੀਆਂ, ਪੋਲੈਂਡ ਦੀਆਂ ਬਣੀਆਂ ਹੋਈਆਂ 8 ਪਹੀਆਂ ਵਾਲੀਆਂ OT-64 ਬਖਤਰਬੰਦ ਗੱਡੀਆਂ, ਹੈਲੀਕਾਪਟਰ, ਫੌਜ ਕਮਾਂਡੋਜ ਨਿਤ ਨਵੀਂ ਭੇਜ ਕੁਮਕ ਭੇਜ ਭੇਜ ਕੇ, ਫਿਰ ਇੱਥੋਂ ਤੱਕ ਰਸਾਇਣਕ ਹਥਿਆਰ ਬੇਹੋਸ਼ ਕਰਨ ਵਾਲੇ ਜਿਹੜੇ ਗੋਲੇ ਨੇ ਉਹ ਵੀ ਵਰਤੇ ਗਏ। ਇਹ ਸਾਰਾ ਕੁਝ ਆਮ ਤੌਰ 'ਤੇ ਤੁਸੀਂ ਵੇਖੋ ਕੇਵਲ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਲੜਨ ਸਮੇਂ ਵਰਤਿਆ ਜਾਂਦਾ ਹੈ, ਔਰ ਉੱਥੇ ਵੀ ਪਰਹੇਜ਼ ਕੀਤਾ ਜਾਂਦਾ। ਪਰ ਆਪਣੇ ਮੁਲਕ ਵਿੱਚ, ਸ਼ਾਇਦ ਆਪਣੇ ਦੇਸ਼ ਵਿੱਚ ਕਦੀ ਇਹ ਵਰਤਿਆ ਗਿਆ, ਸ਼ਾਇਦ ਇਹ ਹਿੰਦੁਸਤਾਨ ਦੀ ਧਰਤੀ 'ਤੇ ਪਹਿਲੀ ਵਾਰ ਪੰਜਾਬ ਵਿੱਚ ਇਹ ਹੋਇਆ, ਆਪਣੇ ਲੋਕਾਂ 'ਤੇ ਜੇ ਇਸ ਢੰਗ ਨਾਲ ਵਰਤਿਆ ਹੋਵੇ। ਜੂਨ ਦੀ ਤਪਸਮੀ ਹੋਵੇ, ਤਪਸ ਇਮਾਰਤਾਂ ਦੀ ਕਿੰਨੀ ਵਾੜ ਹੈ ਆਪਾਂ ਅੰਦਾਜ਼ਾ ਲਾ ਸਕਦੇ ਹਾਂ, ਜਿੱਥੇ ਨਾ ਪਾਣੀ ਹੈ, ਨਾ ਬਿਜਲੀ ਹੈ, ਨਾ ਕੋਈ ਪੱਖਾ ਚੱਲਦਾ, ਖਾਣ ਲਈ ਕੇਵਲ ਮੁੱਠੀ ਭਰ ਸੁੱਕੇ ਛੋਲੇ ਨੇ, ਪੀਣ ਲਈ ਪਾਣੀ ਕੋਈ ਨਹੀਂ, ਆਪਣਾ ਪੀਣ ਲਈ ਸਿਰਫ ਆਪਣਾ ਪਸੀਨਾ, ਹੋਰ ਕੁਝ ਨਹੀਂ। ਪਾਣੀ ਕੱਟ ਦਿੱਤਾ ਗਿਆ, ਟੈਂਕੀ ਤੋੜ ਦਿੱਤੀ ਗਈ, ਕਈਆਂ ਕਈਆਂ ਰਾਤਾਂ ਦੇ ਉਣੀਂਦਰੇ ਬੈਠੇ ਹੋਏ ਉਹ ਸੰਗਤਾਂ, ਸਰੀਰਕ ਹਾਜਤ ਕਰਨ ਲਈ ਵੀ ਉਹਨਾਂ ਕੋਲ ਕੋਈ ਸਾਧਨ ਨਹੀਂ। ਇੱਦਾਂ ਦੀਆਂ ਦੁਸ਼ਵਾਰੀਆਂ ਵਿੱਚ ਬੈਠੀਆਂ ਹੋਈਆਂ ਗੁਰੂਕੀਆਂ ਸੰਗਤੀਆਂ ਜਿਹੜਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਈਆਂ ਨੇ, ਅਤੇ ਦੂਸਰਾ ਪਾਸਾ ਆਪਾਂ ਵੇਖ ਲਈਏ ਜਿਨ੍ਹਾਂ ਨੂੰ ਇਹ ਟੈਰੋਰਿਸਟ ਗਰਦਾਨਦੇ ਨੇ, ਜਿਨ੍ਹਾਂ ਨੂੰ ਅੱਤਵਾਦੀ ਆਉਂਦੇ ਨੇ, ਉਹਨਾਂ ਨੇ ਜ਼ਰੂਰ ਇਹਨਾਂ ਦੀਆਂ ਹਰਕਤਾਂ ਦੇਖ ਕੇ ਆਪਣੇ ਕੋਲ ਆਪਣੇ ਡਿਫੈਂਸ ਲਈ, ਕਿਉਂਕਿ ਸਿੱਖ ਨੂੰ ਹੁਕਮ ਹੈ ਕਿ ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇਡ ਜਾਨੋ ਕਹੇ ਕਾਂਤਾ ਕੋ ਕਿਤਾ ਲੈ ਸਧਾਨੋ, ਸ਼ਸਤਰ ਰੱਖਣਾ ਸਿੱਖ ਦਾ ਧਰਮ ਹੈ। ਉਹਨਾਂ ਦੇ ਕੋਲ ਇੱਕ ਸਧਾਰਨ ਗੰਨਾ ਪਿਸਟਲ ਨੇ, ਜੇ ਵੱਧ ਤੋਂ ਵੱਧ ਉਹਨਾਂ ਦੇ ਕੋਲ ਸੀ ਤਾਂ 30 ਬੋਰ ਦੀਆਂ ਆਪਣੇ ਜਿਹੜੀਆਂ ਕਾਰਬਾਈਨਾਂ, 303 ਦੀਆਂ ਬੋਰ ਦੀਆਂ ਰਾਈਫਲਾਂ ਅਤੇ ਕੁਛ ਹੱਥ ਗੋਲੇ, 200 ਦੇ ਲਗਭਗ ਜਿਹੜੇ ਗਿਣਤੀ ਦੱਸਦੇ ਨੇ ਖਾੜਕੂ ਸਿੱਖ, ਅਤੇ ਫੌਜ ਜਿਹੜੀ ਇੱਕ ਵਾਰ ਹਮਲਾ ਕਰਦੀ ਸੀ ਏ ਆਰ ਦਰਸ਼ੀ ਦੇ ਕਹਿਣ ਮੁਤਾਬਕ ਉਹ ਤਕਰੀਬਨ 7 ਤੋਂ 10 ਹਜ਼ਾਰ ਦੇ ਵਿੱਚ ਸੀ, 7 ਤੋਂ 10 ਹਜ਼ਾਰ। ਇਹ ਗੈਰ ਸਿੱਖਾਂ ਦਾ ਅਨੁਮਾਨ ਹੈ, ਇਹ ਫੌਜ ਵਾਲੇ ਖੁਦ ਵੀ ਮੰਨਦੇ ਨੇ ਕਿ ਅਗਲ ਜੁਝਾਰੂਆਂ ਕੋਲ ਜੋ ਕੁਝ ਫੌਜ ਕੋਲ ਸਮਾਨ ਸੀ, ਅਗਰ ਇੰਨੇ ਬਰਾਬਰ ਦੇ ਹਥਿਆਰ ਹੁੰਦੇ, ਗਿਣਤੀ ਭਾਵੇਂ ਦਸਵਾਂ ਹਿੱਸਾ ਵੀ ਹੁੰਦੀ, ਅਤੇ ਇਹ ਫੌਜ ਇਹਦੀ ਗੱਲ 'ਤੇ ਵੱਖਰੀ, ਇਹਨਾਂ ਨੂੰ ਜੇ ਜਮਨਾ ਤੋਂ ਪਾਰ ਨਾ ਕਰ ਆਉਂਦੇ ਤਾਂ ਫਿਰ ਤੁਸੀਂ ਆਖਦੇ। ਦੇਖੋ ਫੌਜ ਵੱਲੋਂ ਜੋ ਜੁਰਮ ਕੀਤਾ ਗਿਆ, ਆਪਾਂ ਗੱਲ ਕਰਦੇ ਹਾਂ ਉਹਨਾਂ ਕੁਝ ਇੱਕ ਚੰਦ ਇੱਕ ਜੁਝਾਰੂਆਂ ਨੂੰ ਫੜਨ ਲਈ, ਜਾਂ ਸੰਤਾਂ ਨੂੰ ਫੜਨ ਲਈ ਸੀ, ਜਾਂ ਇਹ ਜਲੀਲ ਕਰਨ ਲਈ, ਅਕਾਲ ਤਖਤ ਸਾਹਿਬ ਦਾ ਢਾਹ ਢੇਰੀ ਕਰ ਦੇਣਾ, ਦਰਸ਼ਨੀ ਡਿਊਟੀ ਨੂੰ ਉੜਾ ਦੇਣਾ, ਤੋਸ਼ੇਖਾਨੇ ਨੂੰ ਤਬਾਹ ਕਰ ਦੇਣਾ, ਇਤਿਹਾਸਿਕ ਲਾਇਬ੍ਰੇਰੀ ਨੂੰ ਫੂਕ ਦੇਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਨੇ ਉਹਨਾਂ ਵਿੱਚ ਬੈਠੇ ਹਰਿਮੰਦਰ ਸਾਹਿਬ ਦੇ ਅੰਦਰ ਬੈਠਿਆਂ ਦੇ ਵਿੱਚ ਗੋਲੀਆਂ ਮਾਰ ਦੇਣੀਆਂ, ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ, ਕੀ ਇਹ ਜਿਹੜਾ ਇਹ ਕੇਵਲ ਕੁਛ ਇੱਕ ਬੰਦਿਆਂ ਨੂੰ ਫੜਨ ਲਈ ਕੀਤਾ ਗਿਆ? ਹਰਿਮੰਦਰ ਸਾਹਿਬ ਵਿੱਚੋਂ ਕਿੰਨੇ ਕੁ ਅੱਤਵਾਦੀ ਨਿਕਲੇ ਨੇ, ਬਾਅਦ ਵਿੱਚ ਤਲਾਸ਼ੀ ਵੀ ਲਈ ਗਈ, ਸਭ ਕੁਛ ਕੀਤਾ ਗਿਆ, ਕੋਈ ਦੱਸੇ ਤਾਂ ਸਹੀ, ਪਰ ਹਰਿਮੰਦਰ ਸਾਹਿਬ ਕੀ ਕੀਰਤਨ ਕਰਦੇ ਸਿੰਘ ਜਿਹੜੇ ਸੀ ਉਹ ਅੱਤਵਾਦੀ ਸਨ? ਹਰਿਮੰਦਰ ਸਾਹਿਬ, ਕੋਠਾ ਸਾਹਿਬ, ਅਕਾਲ ਤਖਤ ਸਾਹਿਬ, ਸਮੂਹ ਲਾਇਬ੍ਰੇਰੀ, ਤੋਸ਼ਾਖਾਨਾ, ਸਾਰਾ ਕੁਛ ਫੂਕੇ ਕੀ ਉਹਨਾਂ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੂੰ ਲੱਗਦੇ ਸਨ?
6 जून तड़के गुरु रामदास साहब सरां चो जो बंदे संगत दे हुण चलदी हुंदी बंबारमेंट विच वरदियां गोलियां विच लोकी की करदे ने। अक्सर हर बंदे दा जिहड़ा रिएक्शन होएगा होएगा किसी ना किसी चीज़ की ओट लै लईए। ओट की एक जिहड़े प्रकरमां विच कमरे सन कमरियां दे विच वड़ के उन्होंने अपने आप नू सुरक्षित करन दा यतन कीता। किधर जाते सामने पदरे पासे गोली चलती है होर कोई थान टिकाणा कोई नहीं। फिर जदों उस पासे बंदे जिहड़े जदों गोली बंद हुई आखिया गया कि हुण तुहानू कुछ नहीं कहा जाएगा जिन्हें भी ने बाहर आ जाण, वह संगतां जिहड़ियां पौड़ियां केवल गुरु अर्जन देव साहब सच्चे पातशाह जी का शहीदी दिन मनाउण गईआं होईआं सन कुछ बाहर आईआं उहनां दे हत्थ पिछे बन के ते उहनां नूं अरैसट कर लिया गया, कतारां विच खड़े कर लिया गया, तपदी फर्श दे उत्ते लम्मियां पाया गया। और जिहड़े मनुख कमरियां विच बंद सन जिहड़े डरदे बाहर नहीं निकले हर कमरे दे विच इक अग लाउण वाला ग्रनेड सिट के उन्हां सारिआं नूं मार दित्ता गया। कि इंसानियत इहो कुछ कहिंदी है, होर कोई तरीका नहीं सी इस गल नूं करन दा। इक ते तपश, इक भुखे प्यासे और डरदे हुए इस गल तों गोलियां तों अंदर बैठी संगत और उन्हां दे उत्ते जा के ग्रनेड सुट देने, उन्हां नूं मार देना, उन्हां नूं अग्गां ला देनियां। सारे दे सारे बरांडियां विचले कमरे जिहड़े ने आप जी जाणदे हो देखिआ होणा सारिआं ने, और सारे तबाह कर दित्ते गए, संगतां मार दित्तियां गईआं, शहीद कर दित्तियां गईआं।